ਕਿ ਯੂਪੀ ਵਾਲਾ ਜਿਹੜਾ ਬਾਬਾ ਬਾਬਾ ਕਹਿੰਦਿਆਂ ਵੀ ਸ਼ਰਮ ਜੀ ਆਉਂਦੀ, ਜਿਹਦੇ ਡੇਰੇ 'ਚ ਇੰਨੇ ਲੋਕ ਮਰ ਗਏ, ਜਿਹੜਾ ਆਪਣੇ ਡੇਰੇ 'ਤੇ ਆਏ ਸ਼ਰਧਾਲੂਆਂ ਨੂੰ ਗੰਦੇ ਦੁੱਧ ਦਾ ਪ੍ਰਸ਼ਾਦ ਦਿੰਦਾ ਸੀ, ਆਪ ਉਹਦੇ ਨਾਲ ਨਹਾਉਂਦਾ ਸੀ, ਪਸੀਨੇ ਵਾਲਾ ਨਾਤਾ ਜਿਹੜਾ ਦੁੱਧ ਆ ਲੋਕਾਂ ਨੂੰ ਪਿਆਉਂਦਾ ਸੀ, ਜਿਹੜਾ ਆਪਣੇ ਪੈਰਾਂ ਦੀ ਮਿੱਟੀ ਵੀ ਲੋਕਾਂ ਨੂੰ ਵੇਚ ਰਿਹਾ ਸੀ, ਕਹਿੰਦੇ ਚੜਾਵਾ ਨਹੀਂ ਸੀ ਲੈਂਦਾ, ਚੜਾਵਾ ਨਹੀਂ ਸੀ ਲੈਂਦਾ, ਅਤੇ ਉਹਨੇ ਆਪਣੇ ਡੇਰੇ 'ਚ ਕਲਪ ਬ੍ਰਿਸ਼ ਲਾਇਆ ਸੀ। ਮੁਆਫ ਕਰਨਾ, ਕਲਪ ਬ੍ਰਿਸ਼ ਦੀ ਕਹਾਣੀ ਲੋਕਾਂ ਨੂੰ ਪਤਾ ਹੀ ਨਹੀਂ। ਇੰਦਰ ਦੇਵਤੇ ਨੇ ਜਦੋਂ ਪਤਾ ਲੱਗਾ ਕਿ ਭਗਵਾਨ ਕ੍ਰਿਸ਼ਨ ਜੀ ਦੇ ਰੂਪ 'ਚ ਦੁਨੀਆ 'ਤੇ ਆਏ ਆ, ਅਤੇ ਉਹਨੇ ਫਿਰ ਕ੍ਰਿਸ਼ਨ ਜੀ ਨੂੰ ਆਖਿਆ ਸੀ ਕਿ ਹੁਣ ਤੁਸੀਂ, ਕਿਉਂਕਿ ਦੁਨੀਆ 'ਤੇ ਮੈਂ ਕੰਟਰੋਲ ਕਰਨੀ ਹੁੰਦੀ ਹੈ, ਅਤੇ ਤੁਸੀਂ ਹੁਣ ਦੁਨੀਆ 'ਤੇ ਆਏ ਹੋ ਮਨੁੱਖੀ ਜਾਮੇ 'ਚ, ਅਤੇ ਹੁਣ ਇੱਥੇ ਆਏ ਹੋ ਅਤੇ ਮੈਨੂੰ ਸੇਵਾ ਦਾ ਮੌਕਾ ਦਿਓ, ਇੱਕ ਦਿਨ ਰਾਤ ਦੇ ਖਾਣੇ 'ਤੇ ਆ ਜਾਓ। ਅਤੇ ਉੱਥੇ ਉਹਨਾਂ ਪੁੱਛ ਲਿਆ ਵੀ ਕੀ ਕੁਝ ਚਾਹੀਦਾ, ਅਤੇ ਕ੍ਰਿਸ਼ਨ ਜੀ ਨੇ ਆਖਿਆ ਤੁਸੀਂ ਸਾਡੇ ਨਾਲ ਗੱਲਾਂ ਮਾਰੀਆਂ, ਲਿਆਓ ਕੌਣ। ਅਤੇ ਇੰਦਰ ਭਗਵਾਨ ਅੱਗੋਂ ਕਹਿੰਦਾ, ਕਹਿੰਦਾ ਤੁਹਾਡੀ ਕਿਰਪਾ ਨਾਲ ਮੇਰੇ ਕੋਲ ਕਲਪ ਬ੍ਰਿਸ਼ ਆ, ਤੁਸੀਂ ਤਾਂ ਦਿੱਤਾ, ਇਹਦੇ ਥੱਲੇ ਬਹਿ ਕੇ ਜੋ ਤੁਸੀਂ ਸੋਚੋਗੇ, ਜੋ ਮੈਂ ਸੋਚੂੰਗਾ, ਆਪੇ ਬਣ ਕੇ ਆ ਜਾਣਾ। ਉਹ ਕਲਪ ਬ੍ਰਿਸ਼ ਅਜੇ ਤੱਕ ਚਰਚਾ 'ਚ। ਹੁਣ ਇਸ ਬਾਬੇ ਦੇ ਕੋਲ ਇੰਦਰ ਦੇਵਤੇ ਵਾਲਾ ਕਲਪ ਬ੍ਰਿਸ਼ ਆ ਗਿਆ ਸੀ, ਜਿੱਥੇ ਉਹ ਕਲਪਨਾ ਕਰਦਾ ਵੀ ਇੰਨੇ ਕਰੋੜ ਵੱਧ ਜਾ, ਅਤੇ ਰਾਤੋਂ ਰਾਤ ਵੱਧ ਜਾਂਦੇ ਆ ਜੀ, ਇਹ ਪੈਸਾ ਕਿੱਥੋਂ ਆ ਰਿਹਾ, ਚੜਾਵਾ ਉਹ ਲੈਂਦਾ ਨਹੀਂ ਬਗੈਰ ਚੜਾਵੇ ਤੋਂ ਆਸੇ ਪਾਸੇ ਤੋਂ, ਜਾਂ ਤਾਂ ਕੋਈ ਪੁੱਠੇ ਸਿੱਧੇ ਕਾਰੋਬਾਰ ਨਾਲ ਕਰਦਾ, ਜਿਨ੍ਹਾਂ ਦਾ ਏਜੰਸੀਆਂ ਨੂੰ ਪਤਾ, ਏਜੰਸੀਆਂ ਨੂੰ ਪਤਾ ਅਤੇ ਏਜੰਸੀਆਂ ਦੇ ਮਾਲਕ ਮੌਕੇ ਦੇ ਮੁੱਖ ਮੰਤਰੀਆਂ ਲੀਡਰਾਂ ਨੂੰ ਪਤਾ, ਉਹ ਸਾਰੇ ਵਹਿੰਦੇ ਨਹੀਂ ਕਿ ਬਾਬਾ ਚੜਾਵਾ ਲੈਂਦਾ ਨਹੀਂ, ਅਤੇ ਬਗੈਰ ਚੜਾਵੇ ਤੋਂ ਉਹਦੀ ਪ੍ਰਾਪਰਟੀ ਕਿਉਂ ਵੱਧਦੀ ਜਾ ਰਹੀ। ਉਹ ਫਿਰ ਕਹਿੰਦੇ ਹੋਣਗੇ ਲੱਗੇ ਏਜੰਸੀ ਭੇਜਣ, ਇੰਨਾ ਮਾਲ ਕੱਢ ਦੇ। ਔਰ ਇਹਨਾਂ ਚੋਰਾਂ ਨੂੰ ਮੋਰ ਕਿੱਦਾਂ ਪੈਂਦੇ? ਇੱਕ ਬਾਬਾ ਅੱਜ ਕੱਲ੍ਹ ਜੇਲ੍ਹ ਵਿੱਚ ਹੈ, ਉਹ ਬਜ਼ੁਰਗ ਬਹੁਤ ਲੰਮੀਆਂ ਕਹਾਣੀਆਂ ਪਾਉਂਦਾ, ਉਹਦਾ ਮੁੰਡਾ ਵੀ ਜੇਲ੍ਹ 'ਚ, ਉਹਦੇ ਬਾਰੇ ਮੇਰੇ ਕੋਲ ਇੱਕ ਮਜਿਸਟਰੇਟ ਨੇ ਗੱਲ ਕੀਤੀ ਜਦੋਂ ਅਸੀਂ ਦਿੱਲੀ ਬੈਠੇ ਸਾਂ। ਉਹ ਕਹਿੰਦੇ ਜੀ ਬਾਬਾ ਜੀ ਨੇ ਇੱਕ ਥਾਂ 'ਤੇ ਕਥਾ ਕੀਤੀ, ਉੱਥੇ ਸ਼ਰਧਾਲੂ ਜੋ ਆਉਂਦੇ ਚੜਤਾ ਚੜਾਵਾ ਚੜਾਉਂਦੇ ਸੀ, ਇਕੱਲਾ ਇਕੱਲਾ ਤੁਰ ਜਾਂਦੇ ਸੀ। ਇੱਕ ਬੰਦਾ ਆਇਆ, ਉਹਨੇ ਬਾਬਾ ਜੀ ਦੇ ਕੋਲ ਨਾ 5 ਲੱਖ ਰੁਪਏ ਮੱਥਾ ਟੇਕ ਕੇ ਤੁਰ ਲੱਗਾ। ਉਹ ਕਹਿੰਦੇ ਭਗਤਾ ਕੋਈ ਇੱਛਾ? ਕਹਿੰਦਾ ਕੁਝ। ਅਗਲੇ ਦਿਨ ਫਿਰ ਆਇਆ, 5 ਲੱਖ ਰੱਖ ਗਿਆ, ਅਤੇ ਜਦੋਂ ਫਿਰ ਰੱਖ ਕੇ ਮੁੜ ਲੱਗਾ ਤਾਂ ਉਹਨੇ ਆਖਿਆ ਰੁਕ ਜੀ ਬਾਅਦ 'ਚ ਮਿਲੋ। ਜੋ ਬਾਅਦ 'ਚ ਮਿਲਿਆ ਅਤੇ ਉਹਨੇ ਪੁੱਛਿਆ ਵੀ ਤੇਰੇ ਕੋਲ ਭਗਤਾ, ਤੇਰਾ ਕਾਰੋਬਾਰ ਕੀ ਹੈ? ਕਹਿੰਦਾ ਕੁਛ ਨਹੀਂ ਹੈ। ਫਿਰ ਵੀ ਕਹਿੰਦਾ ਜੀ ਅਸਲ ਗੱਲ ਇਹ ਆ ਕਿ ਮੈਂ ਕਰਦਾ ਜਿਹਨਾਂ ਲੋਕਾਂ ਕੋਲ ਬਲੈਕ ਮਨੀ ਆ, ਉਹ ਮੈਨੂੰ ਦੇ ਦਿੰਦੇ ਆ, ਮੈਂ ਦੂਸਰੇ ਤੀਸਰੇ ਦਿਨ 'ਚ ਉਹਨੂੰ ਵਾਈਟ ਕਰਕੇ ਅਤੇ ਮੋੜ ਦਿੰਦਾ, ਅਤੇ ਬਲੈਕ ਨੂੰ ਵਾਈਟ ਕਰਨ ਦਾ ਕੰਮ ਕਰਦਾ, ਅਤੇ ਉਹਦੇ ਵਿੱਚੋਂ ਇੰਨੀ ਕੁ ਤੁਹਾਡੀ ਕਿਰਪਾ ਨਾਲ ਆਮਦਨ ਹੋਈ ਸੀ, ਮੈਂ ਥੋੜ੍ਹੇ ਤੁਹਾਡੇ ਕੋਲ ਚੜਾ ਚੱਲਿਆ। ਅਗਲੇ ਦਿਨ ਫਿਰ ਆਇਆ, 5 ਲੱਖ ਚੜਾ ਗਿਆ, ਤੁਰਨ ਲੱਗਾ, ਅਤੇ ਬਾਬੇ ਨੇ ਆਖਿਆ ਤੂੰ ਜਾਵੇਂ ਮੇਰੇ ਕੋਲ ਆ ਜੀ। ਅੰਦਰ ਲੈ ਗਿਆ, ਬਾਬੇ ਨੇ ਜਾ ਕੇ ਆਖਿਆ ਤੂੰ ਸਾਰਿਆਂ 'ਤੇ ਕਰਦੇ ਸਾਰੇ? ਪੱਕੀ ਆ, ਪੱਕੀ ਆ। ਕਹਿੰਦਾ ਪਰ ਹੈ ਤਾਂ ਮੇਰੇ ਕੋਲ ਜ਼ਿਆਦਾ ਆ, ਪਰ ਤੂੰ ਇੱਦਾਂ ਕਰ 2 ਕਰੋੜ ਮੇਰੇ ਪਹਿਲਾਂ ਤੂੰ ਕਰਵਾ ਦੇ। ਕਹਿੰਦੇ ਜੀ ਰਾਤੋਂ ਰਾਤ ਕਰ ਦੇਣਾ, ਕੋਈ ਗੱਲ ਨਹੀਂ। ਬਾਬੇ ਨੇ 2 ਕਰੋੜ ਦੀ ਗੱਡੀ 'ਚ ਰਖਾ ਦਿੱਤੇ। ਅਗਲੇ ਦਿਨ ਬਾਬਾ ਡੀਕ ਸ਼ਰਧਾਲੂ ਆਇਆ ਜੀ, ਬਾਬਾ ਤਾਂ 5 ਦਿਨ 5-5 ਲੱਖ ਖੇਸ ਕਰਕੇ ਪਾਉਂਦਾ ਪਿਆ ਸੀ, ਚੋਗਾ ਪਾਉਣਾ ਸੀ, ਸ਼ਿਕਾਰ ਫਸਾਉਣਾ ਸੀ, ਉਸ ਬਾਬੇ ਦੇ ਇੱਦਾਂ ਚਲੇ ਗਏ ਸੀ। ਅੜਾ ਉਹ ਕਹਿੰਦਾ ਰਸਗੁੱਲਾ ਖਾਓ, ਤੁਹਾਡੀ ਸ਼ੂਗਰ ਹਟ ਜੂ। ਇਹਦੇ ਨਾਲ ਲੁਧਿਆਣੇ 'ਚ 1.5 ਕਰੋੜ ਦਾ ਫਰਾਡ ਹੋਇਆ ਸੀ, ਇਹਨਾਂ ਸਾਰਿਆਂ ਨਾਲ ਹੋਏ ਆ। ਇਹਨਾਂ ਸਾਰਿਆਂ ਕੋਲ ਪੈਸਾ ਬੇਬਹਾ ਆਉਂਦਾ, ਗੈਰ ਕਾਨੂੰਨੀ ਢੰਗ ਨਾਲ ਆਉਂਦਾ, ਉਸ ਪੈਸੇ 'ਚੋਂ ਸਿਆਸੀ ਪਾਰਟੀਆਂ ਆਪਣਾ ਹਿੱਸਾ ਲੈਂਦੀਆਂ। ਹੁਣ ਉਹ ਹਾਦਸਾ ਸਾਡੇ ਬਾਬੇ ਦਾ ਪਤਾ ਲੱਗ ਗਿਆ ਕਿ ਪਾਰਟੀਆਂ ਨੂੰ ਪੋਲੀਟੀਕਲ ਫੰਡਿੰਗ ਕਰਦਾ ਸੀ, ਉਹਦੀ ਵੀ ਜਾਂਚ ਸ਼ੁਰੂ ਹੋਣ ਲੱਗੀ ਹੈ ਜੀ। ਪਤਾ ਨਹੀਂ ਪੂਰੀ ਕਰਨਗੇ ਕਿ ਅੱਧ ਵਿਚਾਰੇ ਡਰਾਮਾ ਕਰਕੇ ਛੱਡ ਦੇਣਗੇ, ਪਰ ਹੋਣੀ ਚਾਹੀਦੀ।